ਆਪਾਂ ਚੱਲੇ ਆ ਜਾਗੋ ਤੇ ਰਾਜੂ ਮਾਸੀ ਦੀ ਰਾਜੂ ਮਾਸੀ ਦੀ ਨਰਦੀਪ ਮਾਮੇ ਦੀ ਰਾਜੂ ਮਾਸੀ ਦਾ ਵਿਆਹ ਹੋਣ 3 ਸਾਲ ਹੋ ਗਏ ਨਰਦੀਪ ਮਾਮੇ ਦੀ ਤੇ ਸਾਰੇ ਤਿਆਰ ਹੋ ਗਏ ਅਸੀਂ ਹਾਂਜੀ ਭਾਜੀ ਰਾਸਤੇ ਚ ਹਾਂਜੀ ਜੁਬੀ ਦਾ ਪਾਪਾ ਹਨਾ ਹਾਂ ਸੋ ਸਾਰਿਆਂ ਨੇ ਤਿਆਰ ਨੇ ਹਾਂਜੀ ਚਲੋ ਚੱਲੀਏ ਹਾਂਜੀ ਮੈਂ ਟੈਗ ਕੀਤਾ ਪਕੌੜਿਆਂ ਦੇ ਯੂਵੀ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਪਹੁੰਚ ਗਿਆ ਫਾਈਨਲੀ ਤੇ ਦਲਵੀਰ ਵੀ ਇਧਰੋਂ ਰੈਡੀ ਆ ਆਪਾਂ ਪਾਇਆ ਫੁਲਕਾਰੀ ਵਾਲੀ ਜੈਕਟ ਹਨਾ ਦਿੱਲੇ ਘੈਂਟ ਗੱਲਬਾਤ ਆ ਜੀ ਗੱਡੀ ਆਪਾਂ ਲਾ ਦਈਏ ਘਰੇ ਤੇ ਹੁਣ ਆਪਾਂ ਚੱਲਦੇ ਹਾਂ ਜਾਗੋ ਵਾਲੇ ਘਰੇ ਤਾਂ ਖੂਬ ਰੌਣਕਾਂ ਸ਼ੌਣਕਾਂ ਤੁਹਾਨੂੰ ਦਿਖਾਉਣੇ ਚੱਲ ਕੇ ਆਉਣ ਸਾਰੀ ਦੁੱਲੇ ਨੇ ਕਰਤਾ ਅਟੈਕ ਪਕੌੜਿਆਂ ਦੇ ਪਰ ਮੈਂ ਬਹੁਤ ਘੱਟ ਖਾ ਰਿਹਾ ਆਹੋ ਕਿਉਂਕਿ ਮੈਂ ਹੈਲਥ ਕੌਨਸ਼ੀਅਸ ਹਾਂ ਦਿਲਵੀਰ ਕੀ ਗੱਲ ਹੋ ਗਈ ਇੰਨਾ ਸੀਰੀਅਸ ਬੈਠਾ ਵਾਂ ਇਹ ਸੋਚ ਰਿਹਾ ਮੇਰਾ ਵਿਆਹ ਤੋਂ ਲੇਟ ਹੋ ਰਿਹਾ ਹਾਏ ਉਹ ਆਪ ਹੀ ਲੇਟ ਕਰੀ ਜਾਂਦਾ ਇਹਨੂੰ ਕੋਈ ਬਾਬੇ ਦੇ ਟੂਣਾ ਸੁੱਕੇ ਦਿੰਦੇ ਆ ਵੀ ਕਿਉਂ ਲੇਟ ਹੋ ਰਿਹਾ
ਜਲੇਬੀ ਖਾ ਲਾ, ਤੂੰ ਰਸਗੁੱਲੇ ਖਾ ਲਾ, ਕਹਿੰਦੀ ਮੈਂ ਤਾਂ ਲੱਡੂ ਖਾਣਾ ਹੈਨਾ। ਚਲੋ ਭਾਈ ਤਾਰੋ ਨੇ ਨਾ ਪਿੱਛੇ ਚੱਕ ਕੇ ਲੱਡੂ ਆਪਣੀ ਕੁੜੀ ਭਾਂਜੀ ਨੂੰ ਫੜਾਤਾ। ਭਾਈ ਜੀ ਬੜਾ ਖਚਰਾ ਸੀ, ਭਾਈ ਨੇ ਮਾਰੀ ਅੱਖ ਕਹਿੰਦਾ
26 ਮਿੰਟ ਹੋ ਗਏ ਜੀ। ਇਧਰੋਂ ਦਲਵੀਰ ਤੇ ਯੂਵੀ ਦਾ ਦੇਖ ਰਹੇ ਆ ਫਿਲਮ, ਆਹ ਦੇਖੋ। ਤੇ ਇਧਰ ਭੈਣਾਂ ਦਾ ਪ੍ਰੋਗਰਾਮ ਚੱਲ ਰਿਹਾ, ਗੱਲਾਂ ਬਾਤਾਂ ਕਰੀ ਜਾਂਦੇ ਸਾਰਾ ਪਰਿਵਾਰ ਇਕੱਠਾ ਬੈਠਾ। ਹਾਂਜੀ ਕਰੀ ਜਾਂਦੇ ਗੱਲਾਂ ਬਾਤਾਂ, ਪਹਿਲਾਂ ਇੰਟਰੋਡਕਸ਼ਨ ਦਿਓ ਸਾਰੇ ਜਣਿਆਂ ਦੀ। ਆਹ ਛੋਟੇ ਭੂਆ ਜੀ ਬੈਠੇ ਆ, ਵੱਡੇ ਭੂਆ ਜੀ, ਮਾਮੀ ਜੀ, ਮੰਮੀ, ਹਾਂ ਕੀ ਗੱਲਾਂ ਕਰਦੇ ਸਾਨੂੰ ਵੀ ਸੁਣਾ ਦੋ। ਵਿਆਹ ਦੀ ਤਿਆਰੀ ਦੀਆਂ ਗੱਲਾਂ, ਅੱਜ ਖੂਬ ਡਾਂਸ ਕੀਤਾ ਫਿਰ ਨੱਚੇ? ਅੱਛਾ ਸੋ ਇਹ ਆ ਰੌਣਕਾਂ ਪੰਜਾਬ ਦੀ। ਹਾਂ ਅੱਜ ਲਗਭਗ 2 ਵਜੇ ਤੱਕ ਗੱਲਾਂ ਬਾਤਾਂ ਕਰਨਗੇ ਲੱਗਦਾ ਹਨਾ। ਅੱਗੇ ਅੱਗੇ ਸਾਰੇ ਹੀ ਐਂ ਬੈਠ ਕੇ ਬਹੁਤ ਗੱਲਾਂ ਬਾਤਾਂ ਕਰਦੇ ਸੀ ਹਨਾ, ਹੁਣ ਤਾਂ ਹਰੇਕ ਦੇ ਹੱਥ 'ਚ ਮੋਬਾਈਲ ਹੁੰਦਾ, ਗੱਲਾਂ ਦਾ ਮੌਕਾ ਨਹੀਂ, ਤੁਹਾਡੇ ਕੋਲ ਮੋਬਾਈਲ ਹੈ ਨਹੀਂ। ਸਹੀ ਗੱਲ ਆ, ਜੇ ਹੱਥ 'ਚ ਮੋਬਾਈਲ ਹੋਵੇ ਫਿਰ ਨਹੀਂ ਗੱਲਾਂ ਆਉਣੀਆਂ। ਸੋ ਮੋਬਾਈਲ ਰੱਖ ਕੇ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ। ਹਾਂ ਕੋਈ ਹੁਣ ਇੱਕ ਅੱਧੇ ਤੁਸੀਂ ਬੋਲੀ ਸੁਣਾ ਦਿਓ, ਐਂ ਬੈਠੇ ਵਾਹ ਵਾਹ। ਅੱਗੇ ਰਜਾਈ 'ਚ ਬੈਠੇ ਬੈਠੇ ਕੋਈ ਨਾ ਕੋਈ ਅੱਗੇ ਤਾਂ ਬੋਲੀਆਂ ਵੀ ਨਾਲ ਨਾਲ ਇਕੱਠੇ ਹੋ ਕੇ ਪਾਈ ਜਾਂਦੇ ਹੁੰਦੇ ਸੀ। ਇਸ ਮੌਕੇ ਤੇ ਬੀਬੀ ਤੁਹਾਨੂੰ ਕੋਈ ਬੋਲੀ ਆਉਂਦੀ ਹੋਵੇ, ਬੀਬੀ ਸੁਣਾਓ, ਸੁਣਾ ਦਿਓ ਸੁਣਾ ਦਿਓ। ਹਾਂ ਚਲੋ ਬਹੁਤ ਰੌਣਕਾਂ, ਬੀਬੀ ਕੰਮ ਆਈ ਟਾਈਮ ਤੇ, ਠੀਕ ਆ ਜੀ। ਚਲੋ ਰੌਣਕਾਂ ਲੱਗੀਆਂ ਹੋਈਆਂ, ਇੰਜੋਏ ਕਰੋ।